ओम शांति सत श्री अकाल जी, जी एक एक आप चीनो जीआइयां नो आज ਦੇ ਕਾਰਕਰਮ ਇੱਕ ਓੰਕਾਰ ਇੱਕ ਪਰਮਾਤਮਾ ਦੇ ਸੰਜੀ ਆਪਸ ਵਿੱਚ ਅਸੀਂ ਵਿਚਾਰ ਕਰਾਂਗੇ ਔਰ ਸਿਮਰਨ ਕਰਾਂਗੇ ਜਿਵੇਂ ਹਰ ਵਾਰੀ ਕਰਦੇ ਆਂ ਤੇ ਅੱਜ ਅਸੀਂ ਅਮ ਕਰਤਾ ਪੁਰਖ ਨੂੰ ਲਵਾਂਗੇ ਅਸੀਂ ਮੂਲ ਮੰਤਰ ਦੀ ਵਿਆਖਿਆ ਕਰ ਰਹੇ ਆਂ ਚਬਜੀ ਸਾਹਿਬ ਚੋਂ ਤੇ ਮੂਲ ਮੰਤਰ ਤੇ ਇੱਕ-ਇੱਕ ਅੱਖਰ ਨੂੰ ਅਸੀਂ ਬਹੁਤ ਅਲੱਗ-ਅਲੱਗ ਟਾਈਮ ਦੇ ਰਹੇ ਆ ਤਾਂਕਿ ਅਸੀਂ ਇਸ ਨੂੰ ਗਹਿਰਾਈ ਵਿੱਚ ਸਮਝਾਂਗੇ ਤੇ ਫਿਰ ਬਾਅਦ ਵਿੱਚ ਆਪਾਂ ਥੋੜਾ ਜਲਦੀ ਟੋਰ ਪਾਉਂਗੇ ਲੇਕਿਨ ਪਹਿਲੀ ਮੂਲ ਮੰਤਰ ਦੀ ਮੈਂ ਬਹੁਤ ਇਸ ਨੂੰ ਇੱਕ-ਇੱਕ ਵਰਡ ਕਰਕੇ ਅਸੀਂ ਇਸ ਨੂੰ ਐਕਸਪੀਰੀਅੰਸ ਕਰਾਂਗੇ ਸਿਰਫ ਸਮਝਾਂਗੇ ਨਹੀਂ ਬਲਕਿ ਇਸ ਨੂੰ ਐਕਸਪੀਰੀਅੰਸ ਵੀ ਕਰਾਂਗੇ ਤੇ ਜਿਵੇਂ ਅਸੀਂ ਏ ਕੰਕਾ ਸਤਨਾਮ ਕੀਤਾ ਤੇ ਅੱਜ ਕਰਤਾਪੁਰਕ ਤੇ ਨਿਰਪੋਵੀ ਕਰਾਂਗੇ ਕਰਤਾਪੁਰਕ ਇਸ ਵਰਡ ਨੂੰ ਅਸੀਂ ਜਦੋਂ ਸੁਣਨੇ ਆ ਕਰਤਾਪੁਰਕ ਤੇ ਆਟੋਮੈਟਿਕਲੀ ਰਾਬੀ ਯਾਦ ਆਉਂਦਾ ਕਿ ਉਹ ਕਰਤਾਪੁਰਖ ਹੈ ਉਹ ਅਕਾਲਪੁਰਖ ਹੋਣ ਅਸੀਂ ਕਈ ਅਸੀਂ ਕਈ ਵਾਰੀ ਅਸੀਂ ਕਹਨੇ ਆ ਕਿ रब हर जगह है पर इत पुरख अगेन थले औकड़ है मतलब सिंगुलर नाउ ने जिमें सतनाम भी तो करता पुरख भी सिंग्यूलर नाव ने अकाल मूर्त भी तो असं उस एक नहीं कह सकते कि हर जगह उसकी वाइब्रेष उसकी किरने ਉਸ ਦੀ ਸ਼ਕਤੀ ਹਰ ਜਗ੍ਹਾ ਹੈ ਫੈਲੀ ਹੋਈ ਹੈ ਪਰ ਜਿਵੇਂ ਮੈਂ ਆਤਮਾ ਇਸ ਸਰੀਰ ਮੇ ਇੱਕ ਹੂੰ ਔਰ ਟਿੱਕੀ ਹੋਈ ਹੂੰ ਵੈਸੇ ਵੋ ਵੀ ਇੱਕ ਹੈ ਔਰ ਟਿੱਕੇ ਹੋਏ ਹੈ ਲੇਕਿਨ ਵੋ ਕਰਤਾ ਪੁਰਖ ਹੈ ਮੈਂ ਆਤਮਾ ਕਰ ਦਿਆ ਜਿਵੇਂ ਮੈਂ ਇਸ ਸਰੀਰ ਨੂੰ ਚਲਾ ਰਹੀ ਆ ਮੈਂ ਇਸ ਸਰੀਰ ਨੂੰ ਮੈਂ ਹੂੰ ਮੈਂ ਆਤਮਾ ਇਸ ਸਰੀਰ ਵਿੱਚ ਵਸਦੀ ਆ ਤੇ ਅੱਖਾਂ ਵਿੰ ਅੱਖਾਂ ਦੀ ਨੂਰ चलती है अखा वेखदी है मैं शरीर तो निकल जा तो अखा नहीं वेख सकती मैं आत्मा शरीर तो निकल जा तो कान सुन नहीं सकती मैं आत्मा शरीर तो निकल जा तो नहीं बोल सकती इस वास्ते मैं आत्मा इन पंज इंद्रिया राई कार्य कर रही हूँ करता पुरख हूँ मैं आत्मा भी करता पुरख हूँ और इंडिविजुअल मैं आत्मा अमरजीत के शरीर काम कर रही हाँ और तुसी अपने शरीर काम कर रहे हो और हर कोई अलग अलग आत्मा है अपने अपने शरीर काम करे असं हर एक अलग अलग हाँ अरते एक फैमिली आ एक परिवार हाँ भैन भरा हाँ सारे आत्माएं उस अकाल पुरख के बच्चे हाँ पर असी अलग हाँ इस तरह वो परम पिता परमात्मा भी अलग है ਅਸੀਂ ਆਪਣੇ ਆਪ ਨੂੰ ਪਰਮ ਪਿਤਾ ਪਰਮਾਤਮਾ ਨਹੀਂ ਕਹਿ ਸਕਦੇ ਇਸ ਵਸਤੇ ਉਸ ਨੂੰ ਅਸੀਂ ਕਰਤਾ ਪੁਰਖ ਕਹਿੰਦੇ ਆ ਮੈਂ ਕਰਤਾ ਮੇਰੇ ਵਿੱਚ ਵੀ ਉਹ ਕਰਤਾ ਪੁਰਖ ਦੀ ਗੁਣ ਹੈਗਾ ਸ਼ਕਤੀ ਹੈਗੀ ਜੋ ਆਟੋਮੈਟਿਕ ਹੈ ਔਰ ਇਹ ਸ਼ਕਤੀ ਮੈਂ ਆਪਣੀ ਮਨ ਨੂੰ ਵੀ ਨਹੀਂ ਯੂਜ਼ ਕਰਦੀ ਮੈਂ ਆਪਣੇ ਆਪ ਯੂਜ਼ ਵੀ ਨਹੀਂ ਕਰ ਰਹੀ ਮੈਂ ਹੂੰ ਤੇ ਚੱਲ ਰਹੀ ਹੈ ਮੈਂ ਹੂੰ ਤੇ ਦਿਲ ਧੜਕ ਰਿਹਾ ਹੈ ਇੰਟੈਸਟਾਈਨਸ ਚੱਲ ਰਹੀ ਹੱਥ ਪੈਰ ਚੱਲ ਰਹੇ ਨੇ ਅਤਮੈਕ ਸ਼ਕਤੀ ਹੈ ਲਾਈਫ એનર્ਜੀ ਲਾਈਫ ਫੋਰਸ ਹੈ ਮੈਂ ਹੂੰ ਇਸ ਸਰੀਰ ਵਿੱਚ ਤੇ ਸਰੀਰ ਜ਼ਿੰਦਾ ਹੈ ਮੈਂ ਨਿਕਲ ਜਾ ਤੇ ਮੌਤ ਇਸੇ ਤਰ੍ਹਾਂ ਅਕਾਲਪੁਰਖ ਦੀ ਸ਼ਕਤੀ ਦੇ ਨਾਲ ਦੁਨੀਆਂ ਚੱਲ ਰਹੀ ਹੈ ਉਸ ਅਕਾਲਪੁਰਖ ਅਲੱਗ ਹੈ ਇਸ ਦੁਨੀਆਂ ਤੋਂ ਪਰ ਉਸ ਦੀ ਸ਼ਕਤੀ ਬੇहद ਬਿਆਨਤ ਹੈ ਪਰ ਕੀ ਹੈ ਅ ਸਾਡੀ ਬੁੱਧੀ ਦਾ ਤਾਲਾ ਬੰਦੇ ਜਿਵੇਂ ਅੱਛੀ ਛਤਰੀ ਬਾ ਬੰਦੇ ਮਤਲਬ ਜਿਵੇਂ ਕਿ ਛਤਰੀ ਹੈ ਉਸ ਦੀ ਬਰਖਾ ਹੋ ਰਹੀ ਪਰ ਅਸੀਂ ਛਤਰੀ ਤਾਲਾ ਬੰਦ ਹੈ ਬੁੱਧੀ ਤੇ ਉਸ ਦੀ ਬਰਖਾ ਜਰੀ ਉਹ ਜੀ بارش ਜਰੀ ਸਾਨੂੰ ਟੱਚ ਨਹੀਂ ਕਰ ਰਹੀ ਕਿਉਂਕਿ ਅਸੀਂ ਉਸ ਨੂੰ ਪਛਾਣਿਆ ਨਹੀਂ ਤੇ ਇਸ ਵਾਸਤੇ ਅਸੀਂ ਕਹਿੰਦੇ ਦਸਮ ਦਵਾਰ ਖੋਲਣਾ ਜਦੋਂ ਅਸੀਂ ਇਸ ਦਸਮ ਦਵਾਰ ਦੀ ਗੱਲ ਕਰਦੇ ਆ ਉਹ ਮਤਲਬ ਮਨ ਦੀ ਜਦੋਂ ਅੱਖ ਖੋਲਨੇ ਆ ਤੇ ਅਸੀਂ ਉਸ ਨੂੰ ਵੇਖਨੇ ਆ ਮਨ ਦੇ ਵਿੱਚ ਫਿਰ ਕਨੈਕਸ਼ਨ ਡਾਇਰੈਕਟ ਹੋ ਜਾਂਦੀ ਹੈ ਕਿਉਂਕਿ ਮਨ ਦੀ ਅੱਖ ਦੇ ਨਾਲ ਅਸੀਂ ਉਸ ਨੂੰ ਵੇਖ ਸਕਦੇ ਆ ਤੇ ਫਿਰ ਉਹ ਉਸ ਵੇਲੇ ਅਸੀਂ ਕਹਾਂਗੇ ਅਸੀਂ ਬੁੱਧੀ ਦੇ ਤਾਲਾ ਖੋਲਿਆ ਤੇ ਉਸ ਆਕਾਰ ਪਰਕ ਨੂੰ ਅਸੀਂ ਸਿਮਰਨ ਕਰਦੇ ਆ ਸਿਮਰਨ ਮਤਲਬ ਯਾਦ ਕਰਦੇ ਆ ਮਨ ਯਾਦ ਦਾ ਮਤਲਬ ਮਨ ਦੇ ਵਿੱਚ ਤਸਵੀਰ ਲਿਆਉਣਾ ਫੀਲਿੰਗ ਲੈਉਣੀ ਸੋਚ ਲੈਉਣੀ ਇਹ ਤਿੰਨ ਗੱਲਾਂ ਹੁੰਦੀਆਂ ਨੇ ਇੱਕ ਸਾਥ ਸੋਚ ਤਸਵੀਰ ਮਨ ਵਿੱਚ ਤੇ ਫੀਲਿੰਗ ਮਹਿਸੂਸ ਜੇ ਕਈ ਵਾਰੀ ਅਸੀਂ ਉਸ ਨੂੰ ਮਹਿਸੂਸ ਨਹੀਂ ਕਰਦੇ ਕਿਉਂਕਿ ਅਜੇ ਐਮਨੀਸ਼ੀਆ ਹੈ ਮੈਨੂੰ ਯਾਦ ਨਹੀਂ ਇਹ ਮੇਰਾ ਪਿਓ ਹੈ ਤੇ ਉਹ ਫੀਲਿੰਗ ਪਿਆਰ ਦੀ ਨਹੀਂ ਆਉਂਦੀ ਕੋਈ ਗੱਲ ਨਹੀਂ ਉਸ ਨੂੰ ਵੇਖਣਾ ਜੋਤੀ ਬਿੰਦੂ ਰੂਪ ਉਸ ਨੂੰ ਮਿਲਣਾ ਤੇ ਉਸ ਦੇ ਨਾਲ ਗੱਲਾਂ ਕਰਨੀਆਂ ਨੇ ਕਿ ਮੈਨੂੰ ਫੀਲਿੰਗ ਕਿਉਂ ਨਹੀਂ ਹੈ ਤੇ ਆਪਣੇ ਅੰਦਰ ਜਿਹੜੇ ਬੱਚਿਆਂ ਨਾਲ ਫੀਲਿੰਗ ਹੈ ਪਿਆਰ ਹੈ ਉਹ ਬਣਾ ਬਣਾ ਕੇ ਹਕੀਕਤ ਬਣਾਉਣੀ ਹੈ सूँ अपने आप नाइक करना पेगा पर उसनों मन केजन लिया के करा तो एकदम स्पीड में असं तुर पा मैं खुद एक्सपीरियंस कर चुकी हाँ ये दस ग्यारह साल हो गए ने मैं इस राह पर चल रही हाँ जो मैं राजयोग मैडीटेशन कर रही हाँ राजयोग का मतलब उस दे नाल मिलन गोबिंद मिलन अलग अलग वर्ड्स यूज करते हैं तो गोबिंद मिलन ही राजयोग है ਤੇ ਅਸੀਂ ਗੋਬਿੰਦ ਮਿਲਨ ਕਰਦੇ ਹਾਂ ਕਰਤਾ ਪੁਰਖ ਤੇ ਅਸੀਂ ਗੱਲ ਕਰਦੇ ਪਏ ਦੁਨੀਆਂ ਚੱਲ ਰਹੀ ਹੈ ਮੈਂ ਆਤਮਾ ਸਦਾ ਲਈ ਤੂੰ ਪਰਮਾਤਮਾ ਸਦਾ ਲਈ ਤੇ ਡਰਾਮਾ ਇਹ ਜਿਹੜਾ ਸਾਡਾ ਖੇਡ ਹੈ ਧਰਮਸਾਲ ਹੈ ਇਹ ਖੰਡ ਹੈ ਧਰਤੀ ਹੈ ਇਹ ਵੀ ਸਦਾ ਲਈ ਹਾਂ ਜਿਵੇਂ ਮੇਰਾ ਸਰੀਰ ਬਦਲਦਾ ਹੈ ਉਸੇ ਤਰ੍ਹਾਂ ਧਰਤੀ ਵੀ ਬਦਲਦੀ ਹੈ ਕਦੀ ਅਰਥਕਵੇਕ ਹੁੰਦਾ ਹੈ ਜਾਂ ਸੁਨਾਮੀ ਐਸਟਰਾ ਤੇ ਸ਼ਿਫਟ ਹੁੰਦਾ ਹੈ ਲੇਕਿਨ ਤਰਤੀ ਹੈ ਇਹੋ ਹੈ ਜਿਸ ਦੇ ਵਿੱਚ ਜੀਵ ਅਸੀਂ ਖੇਡ ਰਹੇ ਹਾਂ ਖੇਡ ਖੇਡ ਰਹੇ ਤੇ ਉਹ ਕਰਤਾ ਪੁਰਖ ਇਸ ਨੂੰ ਚਲਾ ਰਿਹਾ ਤੇ ਅਸੀਂ ਵੀ ਕਰਤਾ ਪੁਰਖ ਇਸ ਸਰੀਰ ਨੂੰ ਚਲਾ ਰਿਹਾ ਤੇ ਹੁਣ ਅਸੀਂ ਦੇਖਾਂਗੇ ਉਸ ਨਿਰਪਉ ਨਿਰਪਉ ਵਰਡ ਨੈਕਸਟ ਵਰਡ ਮੂਲ ਮੰਤਰ ਦਾ ਨਿਰਪਉ ਇਸ ਨੂੰ ਪਿਆਰ ਨਾਲ ਉਚਾਰਨੇ निर बौ निर बौ डर तो रहत कितना मन में अच्छा लगता है जो तो असि महसूस करते हैं कि सानू डर नहीं जो भी हो रहा है ठीक हो रहा तो फिर डर क्यों असि डरने आ क्योंकि सानू असी अपने मतलब पांच तत्व ਵਿੱਚ ਜਦੋਂ ਅਸੀਂ ਰਹਿਣਿਆ ਤੇ ਫਸਣਿਆ ਤੇ ਫਿਰ ਸਾਨੂੰ ਡਰ ਮਹਿਸੂਸ ਹੁੰਦਾ ਕਿਉਂਕਿ ਆਤਮਾ ਇਤਨੀ ਬਾਰਿਕ ਹੈ ਉਸ ਨੂੰ ਕੋਈ ਚੀਜ਼ ਛੂਹੀ ਨਹੀਂ ਸਕਦੀ ਤੋਂ ਡਰ ਕਿਸ ਚੀਜ਼ ਤੇ ਆਤਮਾ ਨੂੰ ਕੋਈ ਨੁਕਸਾਨ ਕਰ ਨਹੀਂ ਸਕਦਾ ਤੋਂ ਡਰਨ ਦੀ ਗੱਲ ਨਹੀਂ ਪਰ ਸਰੀਰ ਨੂੰ ਡਰ ਹੈ ਸਰੀਰ ਵਿੱਚ ਮੈਂ ਆਤਮਾ ਸਰੀਰ ਵਿੱਚ ਆ ਤੇ ਜਦ ਤੱਕ ਮੈਨੂੰ ਧਿਆਨ ਨਹੀਂ ਕਿ ਮੈਂ ਆਤਮਾ ਜਦ ਤੱਕ ਮੇਰੇ ਵਿੱਚ ਸ਼ਕਤੀ ਨਹੀਂ ਹੈ ਤੋ ਮੈਨੂੰ ਤੇ ਫਿਰ ਡਰ ਹੈ ਕਿ ਇਸ ਸਰੀਰ ਨੂੰ ਕੋਈ ਰੋਗ ਨਾ ਹੋ ਜਾਏ ਦਰਦ ਨਾ ਹੋ ਜਾਏ ਤਕਲੀਫ ਨਾ ਹੋ ਜਾਏ ਪਰ ਅਸੀਂ ਜਾਣ ਚੁੱਕੇ ਹਾਂ ਕਿ ਅਸੀਂ ਮਨ ਇਸ ਸਰੀਰ ਨੂੰ ਕੰਟਰੋਲ ਕਰ ਰਹੇ ਹਾਂ ਮਨ ਨੂੰ ਜਦੋਂ ਅਸੀਂ ਜਿੱਤਾਂਗੇ ਤੇ ਫਿਰ ਇਸ ਸਰੀਰਤ ਬਿਮਾਰੀਆਂ ਸਰੀਰਤ ਤਕਲੀਫਾਂ ਨੂੰ ਵੀ ਅਸੀਂ ਜਿੱਤ ਪਾਨੇ ਆ ਜਿੱਤ ਪਾ ਸਕਦੇ ਆ ਜੀਵੇਂ ਸਿ ਜ਼ਿਕਰ ਕੀਤਾ ਸੀ ਕਿ ਗੁਰੂ ਅਰਜਨ ਦੇਵ ਜੀ ਤਤਤਵਾ ਉੱਤੇ ਵੀ ਬਹਿ ਕੇ ਉਹਨਾਂ ਨੇ ਉਚਾਰਿਆ ਤੇਰਾ ਪਾਣਾ ਮਿੱਠਾ ਲਾਗੇ ਜੀਜ਼ਸ ਕ੍ਰਾਈਸ ਕਰਸ ਦੇ ਉੱਤੇ ਅਮ ਸਨ ਉਹਨਾਂ ਨੇ ਆ ਡਾਈ ਸਵੀਟ ਵਿਲ ਬੀ ਡਨ ਦਾ ਵਿਲ ਬੀ ਡਨ extra ਕਹਾਣੀਆਂ ਸੀ ਕਾਫੀ ਸੁਨੇ ਬੁੱਧਾ ਨੂੰ ਕੋਈ ਉਸਦੇ ਮੁਖ ਦੇ ਉੱਤੇ ਥੁੱਕਿਆ ਤਾਂ ਵੀ ਉਹ ਮੁਸਕਰਾਣ ਦੇ ਰਿਹਾ ਮਤਲਬ ਉਹਨਾਂ ਨੂੰ ਇਹ ਪੰਜ ਤਤਵ ਦਾ ਪ੍ਰਭਾਵ ਸੱਚ ਵਿੱਚ ਆਤਮਾ ਨੂੰ ਨਹੀਂ ਚੁੰਨੇ ਮਨ ਨੂੰ ਨਹੀਂ ਚੁੰਨੇ ਨਹੀਂ ਚੂ ਸਕਦੇ ਤੇ ਇਹ ਮਨ ਦੀ ਗੱਲ ਹੈ ਨਿਰਪਉ ਮਨ ਦੀ ਗੱਲ ਹੈ ਮਤਲਬ ਕਿ ਆਤਮਾ ਆਤਮਾ ਨੂੰ ਜਦੋਂ ਮੈਂ ਆਪਣੇ ਆਪ ਨੂੰ ਸਮਝਾਂਗੇ ਤੇ ਆਟੋਮੈਟਿਕਲੀ ਨਿਰਪਉ ਹੋਝ ਹੋ ਪਾਵਾਂਗੇ ਹੋ ਜਾਾਂਗੇ ਉਹ ਅਕਾਲਪੁਰਖ ਤੇ ਹੈ ਨਿਰਪਉ ਕਿਉਂਕਿ ਉਸ ਦੀ ਤੇ ਹੋਂਦ ਵੀ ਨਹੀਂ ਹੈ ਉਹ ਤੇ ਕਰਮਖੰਡ ਵਿੱਚ ਵੀ ਨਹੀਂ ਆਇਆ ਉਹ ਤੇ ਪਿਆਰ ਦਾ ਸਾਗਰ ਹੈ ਗਿਆਨ ਦਾ ਸਾਗਰ ਹੈ ਸ਼ਾਂਤੀ ਦੂਤੇ ਉਹ ਤੇ ਗਿਆਨ ਨਾਲ ਭਰਿਆ ਹੋਇਆ ਹੈ ਉਹ ਤੇ ਉਸ ਨੂੰ ਡਰ ਹੀ ਨਹੀਂ ਕਿਸੇ ਚੀਜ਼ ਦਾ ਤੇ ਮੈਂ ਉਸ ਦੀ ਬੱਚੀ ਜੇ ਮੇਰਾ ਪਿਓ ਨਹੀਂ ਡਰਦਾ ਤੇ ਮੈਂ ਕਿਉਂ ਡਰਾਂ ਮੈਂ ਆਪਣੇ ਆਪ ਨੂੰ ਫੀਲ ਕਰਾਂ ਕਿ ਹੈ ਸੱਚੇ ਪਾਤਸ਼ਾਹ ਮੈਂ ਤੇਰੀ ਬੱਚੀ ਹਾਂ ਜੋ ਤੇਰਾ ਸੋ ਮੇਰਾ ਜੋ ਮੇਰਾ ਸੋ ਤੇਰਾ ਤੋ ਇਸ ਤਰ੍ਹਾਂ ਸੀ ਆਪਸ ਵਿੱਚ ਰਿਸ਼ਤਾ ਸਾਇਕ ਕਰਕੇ ਰਿਸ਼ਤਾ ਪਾਵਾਂਗੇ ਇੱਕ ਦੂਸਰੇ ਦੇ ਨਾਲ ਤੇ ਜਦੋਂ ਅਸੀਂ ਇੱਕ ਦੂਸਰੇ ਦੇ ਨਾਲ ਰਿਸ਼ਤਾ ਪਾਵਾਂਗੇ ਫਿਰ ਅਸੀਂ ਵੀ ਖੁਦ ਨਿਰਪਉ ਹੋ ਜਾਵਾਂਗੇ ਜਦ ਅਸੀਂ ਫੀਲ ਕਰਾਂਗੇ ਕਿ ਉਸ ਦੀ ਬਰਖਾ ਹੋ ਰਹੀ ਹੈ ਤੇ ਮੈਂ ਆਤਮਾ ਉਸ ਦੀ ਛਤਰ ছਾਇਆ ਦੇ ਵਿੱਚ ਆ ਤੇ ਉਹ ਮੇਰਾ ਦੇਖਭਾਲ ਕਰ ਰਿਹਾ ਉਹ ਮੇਰੇ ਅੰਗ ਸੰਗ ਮੇਰੇ ਰੱਖਿਆ ਕਰ ਰਿਹਾ ਤੇ ਆਟੋਮੈਟਿਕਲੀ ਮੈਂ ਵੀ ਨਿਰਪਉ ਹੋ ਜਾਵਾਂਗੇ ਮੈਨੂੰ ਵੀ ਕੋਈ ਡਰ ਨਹੀਂ क्योंकि वो मेरा रखे तो मेरा कोई कुछ नहीं कर सकता शरीरक तौर पर भी शरीर शरीर में हुए भी मैं आत्मा निरपो रह सकती हाँ तो इस गल् करज भी कहने करज जिमें असी सिंग असि कहने सिंग, सिंग क्यों यूज करने वर्ड गुरु ने सिंह क्यों दिता है निरपो कि, कि आत्मा निरपे आत्मा गुण है निरपौ ते मैं हो के शक्तिशाली ऑपोजिट ऑफ निरपौ शक्ति कारिज शक्तिशाली शक्ति बन के उस शिव दी शक्ति वो शिव है तो मैं शक्ति वो अकाल कहते है मैं उसी बच्ची तो मैं आत्मा वो परम आत्मा मैं बच्चे ते ओ परम पिता तो इस तरह असी रिलेशनशिप ज पावे उस असी ते ते भी निरपौ रह पावांगे निरपो को जब हम समझेंगे और हम बनेंगे ये बनन दी गल है असी सिर्फ जपना नहीं इसमें की गल है असी दुन रोज सिर्फ जपने एक एक वर्ड नु असी है निरपौ निरपौ जो तुम तकलीफ होंगे तुम्हें शक्ति चाहिए तो अकाल पुरबू मन के इस वर्ड में असं उचार शक्ति दे और उस महसूस करना कि मैं सचवि निरपौ हाँ निर पौ निर पौ और निरपो की शक्ति के नाम जो मैं जीवनी हाँ निरपोच गल नैगेटिव नहीं है का। कई बार असं सोचते कि निरपो मतलब कि फियलस इज़ स्ट्रोंोंोंोंोंोंोंोंोंोंग बहुत स्ट्रोंग वर्ड है मतलब कि मिठा कई बार असं कहना किसी को थोड़ा डरना भी चाहिए जिसमें माँ प्यो को अलग है वो निर्मल पौ है वो अलग है वो प्यार गल है मतलब कि प्यार जिस तरह कि मेरा प्यो मुझसे नाराज ना हो तो मैं उसू डर के थोड़ा मन में वो निर्मल पौ है वो अलग है निरपाए तो पॉजिटिव गल है मतलब कि अपने अंदर वो नेगेटिव या कोई डर वाली गल टेंशन वारी डिप्रेशन ये सारे साढ़े बहुत ने मतलब इस तो दूर रहने दुनिया में आजकल सब इतने डिप्रेशन इतने डरदियाँ ਅਸੀਂ ਸਿਰਫ ਸ਼ੇਰ ਦੀ ਗੱਲ ਨਹੀਂ ਕਰ ਰਹੇ ਜਾਂ ਹਾਥੀ ਹੈ ਇਸ ਤਰ੍ਹਾਂ ਕੋਈ ਵੱਡੀ ਹਸਤੀ ਦਿਸੇ ਤੇ ਅਸੀਂ ਉਸ ਦੀ ਗੱਲ ਫੀ ਮਤਲਬ ਕਿ ਡਰ ਦੀ ਗੱਲ ਨਹੀਂ ਦੁਨੀਆ ਦੀ ਛੋਟੀਆਂ ਛੋਟੇ ਗੱਲਾਂ ਤੋਂ ਵੀ ਡਰਨਾ ਮਨ ਵਿੱਚ ਡਰਨਾ ਮਨ ਵਿੱਚ ਇਹ ਵੀ ਆਪਣੇ ਅੰਦਰ ਦੀ ਸ਼ਕਤੀ ਜਦੋਂ ਕਮਜ਼ੋਰ ਹੁੰਦੀ ਹੈ ਨਾ ਜਿਵੇਂ ਕਿ ਮੈਂ ਆਪਣੇ ਆਪ ਆਪਣੇ ਆਪ ਨੂੰ ਆਤਮਾ ਨਹੀਂ ਸਮਝੇ ਤੇ ਉਸ ਪਰਮਾਤਮਾ ਦੇ ਬੱਚੇ ਜਦੋਂ ਮੈਂ ਸਮਝਾਂਗੀ ਤੇ ਉਹ ਨਿਰਭਉ ਦੀ ਗੱਲ ਹੋ ਜਾਂਦੀ ਹੈ ਫਿਰ ਉਹ ਸੈਲਫ ਰਿਸਪੈਕਟ ਵੀ 벗 ਜਾਂਦੀ ਹੈ निर्भव ਵਿੱਚ बहुत सेल्फ रिस्पेक्ट निर्भा, 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 निर्भा और और दी ਗੱਲ ਆਉਂਦੀ ਹੈ ਮੈਂ ਆਪਣੇ ਆਪ ਨੂੰ ਪਿਆਰ ਨਾਲ निर्भव 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 ਜਦ ਉਚਾਰਾਂਗੇ ਔਰ ਸੋਚਾਂਗੇ ਔਰ ਬੋਲਾਂਗੇ ਜਦੋਂ ਸਾਨੂੰ ਨਿਮਰਤਾ ਦੀ ਸ਼ਕਤੀ ਚਾਹੀਦੀ ਹੈ ਤੇ निर्भव ਪਿਆਰ ਨਾਲ ਬੋਲਾਂਗੇ ਜਦੋਂ ਸਾਨੂੰ ਸੱਚ ਵਿੱਚ ਤਾਕਤ ਚਾਹੀਦੀ ਹੈ ਤੇ निर्भव ਕਿ ਡਰਨਾ ਨਹੀਂ कोई किसी चीज़ तो डरना नहीं कोई सामना करना हो तो निर्भव कि ये मैं अपना कर्म खंड निभाना है कर्म का खाता है जो है जो नि पुरक इस कर्म का खाता में हम हैं खेल खेल रहे हैं पुरक मतलब हम खेल खेल रहे हैं करता कर रहे हैं किरत कर रहे हैं किरत दे नाल ही हम अपना कर्म खेल रहे हैं ਅਸੀਂ ਜਦੋਂ ਕਰਮ ਕਰਦੇ ਆ ਜੇ ਅਸੀਂ ਨਿਰਪੋਹ ਨਾਲ ਕਰਾਂਗੇ ਤੇ ਯਕੀਨਨ ਅਸੀਂ ਉਸ ਕਰਮ ਨੂੰ ਵੀ ਸਫਲ ਕਰ ਪਾਵਾਂਗੇ ਨਹੀਂ ਤੇ ਅਸੀਂ ਕੀ ਗੱਲ ਹੈ ਸੈਲਫ ਰਿਸਪੈਕਟ ਜਦੋਂ ਨਹੀਂ ਹੁੰਦੀ ਨਾ ਆਪਣੀ ਪੌ ਹੀ ਸਾਨੂੰ ਗਲਤ ਕਰਮ ਵਿੱਚ ਲੈ ਜਾਂਦੀ ਹੈ ਸਾਨੂੰ 네ਗੇਟਿਵ ਵਿੱਚ ਲੈ ਜਾਂਦੀ ਹੈ ਕੋਈ ਸਾਨੂੰ ਦੁੱਖ ਦੇਣਾ ਨਹੀਂ ਅਸੀਂ ਲੈਂਦੇ ਆ ਦੁੱਖ ਦੁੱਖ ਵੀ ਲੈਣੀ ਨਹੀਂ ਚਾਹੀਦੀ ਕੋਈ ਸਾਨੂੰ ਕੁਝ ਵੀ ਬੋਲੇ ਅਸੀਂ ਉਸ ਨੂੰ ਕਿਉਂ ਲੈ ਕੋਈ ਤੁਹਾਨੂੰ ਕੁਝ ਦਵੇ ਤੇ ਤੁਹਾਨੂੰ ਨਹੀਂ ਚਾਹੀਦਾ ਤੁਸੀਂ ਕਹਿੰਦੇ ਹੋ ਨਾ ਮੈਨੂੰ ਨਹੀਂ ਚਾਹੀਦਾ ਸੋ ਇਸ ਦਾ ਕੋਈ ਸਾਨੂੰ ਗਾਲ ਕੱਢੇ ਜਾਂ ਕੁਝ ਬੋਲੇ ਜਾਂ ਸਾਨੂੰ ਕੁਝ ਡਰ ਪਾਉਂਦਾ ਸਾਡੇ ਵਿੱਚ ਅਸੀਂ ਕਿਉਂ ਲਈਏ ਇਸ ਗੱਲ ਨੂੰ ਅਸੀਂ ਉਸ ਨੂੰ ਮੰਨ ਤੋਂ ਮੰਦੇ ਰਹੀ ਅਸੀਂ ਉਸ ਕੋਲ ਦੂਰ ਉਸ ਗਲਤ ਤੋਂ ਦੂਰ ਰਹਿ ਸਕਦੇ ਉਸ انسان ਕੋਲ ਨਹੀਂ انسان ਨੂੰ ਪਿਆਰ ਹੀ ਕਰਨਾ ਹੈ انسان ਤੋਂ ਪਲਝਣਾ ਨਹੀਂ ਕਈ ਵਾਰੀ ਮੈਂ ਸੁਣਿਆ ਲੋਕ ਕਹਿੰਦੇ ਨੇ ਕਿ ਅਮ ਉਸ ਤੋਂ ਲੋ ਦੂਰ ਉਸ ਕੋਲੋਂ ਦੂਰ ਰੋ ਨਹੀਂ ਅਸੀਂ ਸਹਾਰਿਆਂ ਨੂੰ ਪਿਆਰ ਦੇ ਨਾਲ ਬਲਕਿ ਸਾਡੇ ਵਿੱਚ ਸ਼ਕਤੀ ਹੋਈਏ ਅਸੀਂ ਉਸ ਸਰਕਾਰਪਨ ਨੂੰ ਮਿਲ ਕੇ ਸ਼ਕਤੀ ਲਵਾਂਗੇ ਫਿਰ ਅਸੀਂ ਸਾਹਮਣਾ ਕਰ ਪਾਵਾਂਗੇ ਕੋਈ ਵੀ ਸਾਨੂੰ ਕੁਝ ਵੀ ਕਰੇ ਕੁਝ ਵੀ ਕਰੇ ਅਸੀਂ ਉਸ ਨੂੰ ਪਿਆਰ ਦੇ ਨਾਲ ਜਿੱਤ ਪਾਵਾਂਗੇ ਅਸੀਂ ਉਸ ਨੂੰ ਬਲਕਿ ਉਸ ਨੂੰ ਸੈਲਫ ਰਿਸਪੈਕਟ ਵੀ ਦੇਵਾਂਗੇ ਔਰ ਉਸ ਦੀ ਜੋ ਵੀ ਉਸਨੇ ਮੇਰੇ ਨਾਲ ਪੈੜੀ ਗੱਲ ਕੀਤੀ ਉਸ ਨੂੰ ਅਸੀਂ ਮਨ ਵਿੱਚ ਨਹੀਂ ਲਵਾਂਗੇ ਕਿਉਂਕਿ ਲੈ ਮੈਂ ਲਵਾਂਗੀ ਉਸ ਦੀ ਪੈੜੀ ਗੱਲ ਕੀ ਗੱਲ ਫਿਰ ਕੀ ਹੈ ਕਿ ਮੈਂ ਉਸ ਦੇ ਵਰਗਾ ਬਣ ਜਾਾਂਗੇ ਤੇ ਵੀ ਡੋਨਟ ਵਾਂਟ ਟੂ ਬਿਕਮ ਲਾਈਕ ਦ ਪਰਸਨ ਵੀ ਡੋਨਟ ਲਾਈਕ ਅਸੀਂ ਉਸ ਤਰ੍ਹਾਂ ਨਹੀਂ ਬਣਨਾ ਜਿਸ ਜਿਸ ਨੂੰ ਅਸੀਂ ਪਿਆਰ ਪਸੰਦ ਨਹੀਂ ਕਰਦੇ ਉਸ ਕੈਰੈਕਟਰ ਨੂੰ ਪਸੰਦ ਨਹੀਂ ਕਰਦੇ ਤਾਂ ਉਸ ਕੈਰੈਕਟਰ ਨਹੀਂ ਬਣਨਾ ਆਤਮਾ ਨੂੰ ਪਿਆਰ ਕਰਨੀ ਹਰ ਇੱਕ ਆਤਮਾ ਨੂੰ ਪਿਆਰ ਕਰਨੀ ਕੈਰੈਕਟਰ ਜੋ ਹੈ ਕਿਸੇ ਦੇ ਵਿੱਚ ਹੈ ਖਾਮੀ ਪਰ ਦੇਖ ਕੇ ਅੰਡਿਤ ਕਰਨੀ ਹੈ ਔਰ ਉਸ ਖਾਮੀ ਨੂੰ ਆਪਣੇ ਵਿੱਚ ਨਹੀਂ ਲਿਆਉਣੀ ਹੈ ਆਪਣੀ ਸੈਲਫ ਰਿਸਪੈਕਟ ਵਿੱਚ ਰਹਿਣੀ ਹੈ ਨਿਰਬੋਧ ਹੀ ਗੱਲ ਹੈ ਸੈਲਫ ਰਿਸਪੈਕਟ ਦੀ ਕਰ ਤੇ ਇਸੇ ਤਰ੍ਹਾਂ ਅਸੀਂ ਉਸ ਕਰਤਾ ਪੁਰਕ ਆਪਣਾ ਅਸੀਂ ਕਰਤਾ ਕਰਾਂਗੇ ਅਸੀਂ ਵੀ ਕਰਮ ਅੱਛੇ ਕਰਾਂਗੇ ਆਪਣਾ ਮਨ ਨੂੰ ਸ਼ਾਂਤ ਰੱਖ ਕੇ ਮੰਦੀ ਅਵਸਥਾ ਨੂੰ ਦੇਖ ਕੇ ਜੇ ਮੇਰਾ ਮਨ ਨੈਗੇਟਿਵ ਹੈ ਹਲਚਲ ਵਿੱਚ ਹੈ ਉਹ ਫੀਲ ਅਸੀਂ ਕਰ ਸਕਦੇ ਅਵੇਅਰ कि अंदर मेरा मन डोल रहा हलचल में है तो फिर अच मतलब डर है कुछ है नेगेटिव अगर नहीं डोल रहा है नहीं हलचल हो रहा, ते मतलब रहा, रहा। ते ते है तो फिर मतलब असी ठीक चल रहे सैल्फ रिस्पैक्ट चल रहे तो इस एपीसोड अज असी करतापुरकपौ की गल की आप जी नौत बहुत धन्यवाद थैंक यू तो अगली बार फिर मिलोंगे एक ओंकार ek parmatma de program which de satya Omshan.